ਅੱਜ ਅਮਨ ਬਾਗ ਕਲੋਨੀ ਗਲੀ ਨੰਬਰ 8 ਦੇ ਵਿੱਚ ਆ ਮਿੱਟੀ ਸਟਾਈ ਇਹਨਾਂ ਨੇ ਟੀਪਰ ਦੇ ਨਾਲ, ਔਰ ਇਹਦੇ ਨਾਲ ਕੀ ਹੋਇਆ, ਇਹ ਦੋ ਗਲੀਆਂ ਲੱਗਦੀਆਂ ਨੇ, ਇੱਕ ਅਮਨ ਬਾਗ ਇੰਸਟੈਂਟਰ ਨੂੰ ਔਰ ਇੱਕ ਗਲੀ ਨੰਬਰ 8। ਇਹ ਉਸਾਰੀ ਹੋ ਰਹੀ ਹੈ ਜੀ ਇਹਨਾਂ ਦੀ, ਇਹ ਸਾਰੀ ਉਸਾਰੀ ਕਰ ਰਹੇ ਨੇ ਔਰ 66 ਕੇਵੀ ਦੀ ਤਾਰਾਂ ਨੀਚੇ ਨੇ। ਅੱਜ ਕੀ ਘਟਨਾ ਵਾਪਰੀ ਹੈ, ਇੱਕ ਡਰਾਈਵਰ ਜਿਹੜਾ ਮਿੱਟੀ ਸੁੱਟਣ ਆਇਆ ਸੀ ਟਿੱਪਰ ਦੇ ਨਾਲ, ਫੋਟਾ ਪੂਰਾ ਮਹੱਲਾ ਖੜ੍ਹਾ ਇੱਥੇ, ਜਿਹਦੇ ਨਾਲ ਤਾਰਾਂ ਦਾ ਸੰਪਰਕ ਹੋਇਆ ਜੇ, ਕਲੋਨੀ ਦਾ ਬਹੁਤ ਸਾਰਾ ਨੁਕਸਾਨ ਹੋਇਆ ਔਰ ਇਹ ਸਾਰੇ ਦਾ ਸਾਰਾ ਨੁਕਸਾਨ ਦੋ ਪਾਰਟੀਆਂ 'ਤੇ ਹੈ, ਜਿਹੜਾ ਮਿੱਟੀ ਸਿੱਟਣ ਆਇਆ ਉਹਦੇ 'ਤੇ ਵੀ ਹੈ ਅਤੇ ਜਿਹੜਾ ਇੱਥੇ ਉਸਾਰੀ ਕਰਾ ਰਿਹਾ ਉਹਦੀ ਵੀ ਨਲੈਕੀ ਹੈ। ਆਹ ਮਿੱਟੀ ਪਈ ਹੈ, ਗਲੀ ਜਾਮ ਹੋਈ ਪਈ ਹੈ, ਪੂਰੇ ਮਹੱਲੇ ਵਾਲੇ ਪਰੇਸ਼ਾਨ ਨੇ ਔਰ ਆਹ ਦੇਖੋ ਕਿੰਨਾ ਮਤਲਬ ਇੰਨੇ ਪਟਾਕੇ ਪਏ ਨੇ, ਆਹ ਇੰਨੇ ਇੰਨਾ ਜ਼ਿਆਦਾ ਪਟਾਕੇ ਪਏ ਨੇ, ਸਕਰੈ ਹੋਇਆ ਆਹ ਪੂਰੇ ਦਾ ਪੂਰਾ, 3-4 ਮੀਟਰ ਫੁੱਕ ਚੁੱਕੇ ਨੇ ਔਰ ਸਾਰੇ ਦਾ ਸਾਰਾ ਜਿਹੜਾ ਨੁਕਸਾਨ ਭਰਵਾਈ, ਹਜੇ ਕੋਈ ਵੀ ਉਹ ਕਹਿ ਰਹੇ ਨੇ ਹਾਂਜੀ ਦੇਖ ਰਹੇ ਹਾਂ ਪਰ ਹਜੇ ਤੱਕ ਕੁਛ ਨਹੀਂ ਹੋ ਰਿਹਾ, ਸਾਰੀਆਂ ਲਾਈਟਾਂ ਆਫ ਨੇ। ਕੀ ਹਾਲ ਹੈ ਮੀਟਰਾਂ ਦਾ, ਜ਼ਬਰਦਸਤ, ਆਹ ਦੇਖੋ ਸਾਰੇ ਮੀਟਰ ਸੜ ਚੁੱਕੇ ਨੇ ਔਰ ਇੱਥੇ ਸਾਡੇ ਬਿਜਲੀ ਬੋਰਡ ਦੇ ਕਰਮਚਾਰੀ ਵੀ ਖੜ੍ਹੇ ਨੇ ਜਿਹੜੇ ਮੁਆਵਜ਼ਾ ਕਰ ਰਹੇ ਨੇ, ਜਿਨ੍ਹਾਂ ਨੇ ਦੱਸਿਆ ਵੀ ਇਹ ਨੁਕਸਾਨ ਬਹੁਤ ਜ਼ਿਆਦਾ। ਬਾਈ ਜੀ ਖੜ੍ਹੇ ਨੇ ਆਪਣੇ ਡਰਾਈਵਰ ਜਿਨ੍ਹਾਂ ਨੇ ਨਾਲ ਇਹ ਆਏ ਸੀ, ਕਿੰਨਾ ਕੁ ਨੁਕਸਾਨ ਹੋ ਰਿਹਾ ਬਾਈ ਜੀ? ਇਹ ਲੱਖਾਂ 'ਚ ਜਾਊਗਾ ਜੀ, ਲੱਖਾਂ 'ਚ ਜਾਊਗਾ, ਲੱਖਾਂ 'ਚ ਨੁਕਸਾਨ ਜਾਣਾ ਜੀ ਇਹ। ਆਹ ਸਾਰੇ ਪਰੇਸ਼ਾਨ ਨੇ, ਇਹ ਕਿੰਨਾ ਕੁ ਨੁਕਸਾਨ ਹੋਇਆ ਬਾਈ? ਨੁਕਸਾਨ ਹੋਇਆ, ਹਾਂਜੀ ਹਾਂਜੀ ਨੁਕਸਾਨ ਸਾਡਾ, ਉੱਪਰ ਕੇ ਐਲਈਡੀ ਫੁੱਕ ਗਈ ਹੈ ਦੋਨੋਂ ਔਰ ਫ੍ਰਿਜ ਫੁੱਕ ਗਿਆ ਹੈ ਔਰ ਨੀਚੇ ਕਾ ਵੀ ਮੁਝੇ ਨਹੀਂ ਪਤਾ, ਲਾਈਟ ਆਉਂਦੇ ਕੇ ਬਾਅਦ ਪਤਾ ਲੱਗੇਗਾ ਆਪਣਾ ਜੀ, ਕਿਉਂਕਿ ਮੈਂ ਤਾਂ ਬਾਹਰ ਦੀ ਗਈ ਇਨਵਰਟਰ ਦੀ ਆਵਾਜ਼ ਆ ਰਹੀ ਹੈ ਵਿੱਚੋਂ, ਬਾਕੀ ਤੁਹਾਡਾ ਭੈਣੇ ਪਤਾ ਲੱਗੂਗਾ ਸਾਡੇ ਵੀ ਇਨਵਰਟਰ ਨਹੀਂ ਚੱਲ ਰਿਹਾ, ਲਾਈਟ ਆਏਗੀ ਸਾਡੇ ਵੀ ਨੂਆ ਨਿਕਲਿਆ ਸਾਰੇ। ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ, ਮੀਟਰ ਸਾਰੇ ਦਾ ਸਾਰਾ ਫੁੱਕ ਗਿਆ ਜੀ ਪੂਰੇ ਦਾ ਪੂਰਾ ਔਰ ਹਜੇ ਕੋਈ, ਤਾਂ ਇਸ ਕਰਕੇ ਆਪਾਂ ਇਹਦੀ ਡਿਟੇਲ ਦੇ ਬਾਰੇ ਜਲਦੀ ਗੱਲ ਕਰਾਂਗੇ। ਬਸ ਇਹ ਰਿਕਾਰਡਿੰਗ ਦਿੱਤੀ ਆ, ਉਸਾਰੀ ਚੱਲ ਰਹੀ ਹੈ ਔਰ ਇਹ ਸਿੰਗਲਾ ਸਾਹਿਬ ਦੀ ਪ੍ਰੋਪਰਟੀ ਹੈ, ਸਿੰਗਲਾ ਸਾਹਿਬ ਦੀ ਪ੍ਰੋਪਰਟੀ ਹੈ ਇੱਥੇ ਜਿਨ੍ਹਾਂ ਨੇ ਪਲਾਟ ਕੱਟੇ ਹੋਏ ਨੇ ਔਰ ਉਹਨਾਂ ਦੀ ਇਹ ਭਰੋ ਪੈ ਰਿਹਾ ਸੀਗਾ, ਭਰਤ ਜਿਹਨੂੰ ਕਹਿੰਦੇ ਨੇ, ਅਤੇ ਮੁਲਾਜ਼ਮ ਆਏ ਖੜ੍ਹੇ ਨੇ, ਹਜੇ ਇਨਕੁਆਇਰੀ ਚੱਲ ਰਹੀ ਹੈ, ਜਈ ਸਾਹਿਬ ਦੀ ਵੇਟ ਕਰ ਰਹੇ ਹਾਂ ਅਸੀਂ। ਔਰ ਡਿਊਟੀ 'ਤੇ ਸੀਗੇ ਔਰ ਪਿੱਛੋਂ ਬੁਰਾ ਹਾਲ ਦੇਖੋ, ਸੋਫਿਆਂ ਦੇ ਉੱਤੇ ਵੀ ਇਹਨਾਂ ਦੇ ਨਾ ਉਹ ਪੂਰੇ ਚਿੰਗਾੜੇ ਗਿਰੇ ਔਰ ਬਚਾਓ ਹੋ ਗਿਆ ਸ਼ੁਕਰ ਮਨਾਓ, ਔਰ ਲੱਖਾਂ ਦਾ ਨੁਕਸਾਨ ਆ ਦੇਖੋ, ਇਕੱਲੇ ਕਿਵੇਂ ਮਤਲਬ ਪੂਰਾ ਹਾਲ ਕੀਤਾ ਪਿਆ। ਇਸੀ ਤਰ੍ਹਾਂ ਇਹਨਾਂ ਦੀਆਂ ਐਲਈਡੀਆਂ ਵਗੈਰਾ ਸਾਰਾ ਕੁਛ ਇੰਨਾ ਡੈਮੇਜ ਹੋਇਆ ਪਿਆ ਔਰ ਤੁਸੀਂ ਬੰਦਾ ਆਹ ਦੇਖੋ, ਸਾਰੇ ਦੇ ਸਾਰੇ ਇਹਨਾਂ ਦਾ ਵਾਈਫਾਈ ਦੇ ਧੱਜੀਆਂ ਉਡਾਤੀਆਂ, ਫਰਿੱਜ ਦਾ ਦੇਖੋ, ਪੂਰੇ ਮਹੱਲੇ ਵਾਲੇ ਅਸੀਂ ਅੱਜ ਆਏ ਹਾਂ ਔਰ ਇਹ ਸਾਰੇ ਦਾ ਸਾਰਾ ਟਿੱਪਰ ਦਾ ਕਮਾਲ ਹੈ ਜਿਹੜਾ ਇੱਥੇ ਕੰਮ ਲਾਇਆ ਇਹਨਾਂ ਨੇ, ਔਰ ਇਹ ਸਾਰੇ ਸਾਰਾ ਫਰਿੱਜ ਸਾਰਾ ਖਤਮ ਔਰ ਆਫ ਹੈ, ਕੋਈ ਚੱਲ ਨਹੀਂ ਰਿਹਾ, ਸਾਰਾ ਬੰਦ ਆਫ, ਠੀਕ ਹੈ ਜੀ, ਸਾਰਾ ਕਲੋਜ ਹੋ ਗਿਆ। ਬਹੁਤ ਜ਼ਿਆਦਾ ਨੁਕਸਾਨ ਹੈ ਔਰ ਤੁਸੀਂ ਇਹ ਦੇਖੋ ਵੀ ਬੰਦਾ ਮਿਹਨਤ ਨਾਲ ਕਰੋੜਾਂ ਦੀ ਪ੍ਰੋਪਰਟੀ ਬਣਾ ਰਿਹਾ ਅਤੇ ਮੁੜ ਕੇ 19-21 ਹੋ ਜਾਵੇ ਤਾਂ ਕੀ, ਕੌਣ ਜ਼ਿੰਮੇਵਾਰ ਹੈ? ਔਰ ਉਹ ਆਪਣਾ ਪੱਲਾ ਛੁਡਾ ਰਹੇ ਨੇ ਔਰ ਇਹ ਗੱਲ ਕਹਿ ਰਹੇ ਨੇ ਵੀ ਤੁਸੀਂ ਥਾਣੇ ਚਲੇ ਜਾਓ, ਅਸੀਂ ਦੇਖ ਲਾਂਗੇ, ਅਤੇ ਬੰਦਾ ਜਾਵੇ ਤਾਂ ਜਾਵੇ ਫਿਰ ਕਿੱਥੇ, ਜੋ ਥਾਣੇ ਦੀਆਂ ਵੀ ਸਾਨੂੰ ਗੱਲਾਂ ਕਰਦੇ ਨੇ। ਚਲੋ ਬਾਕੀ ਅਸੀਂ ਪੂਰੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ।
ਦੇਖੋ ਕਿੰਨੇ ਖਤਰਨਾਕ, ਅਗਰ ਰੱਬ ਨਾ ਕਰੇ ਇੱਥੇ ਕੋਈ ਅੱਗ ਉੱਗ ਲੱਗ ਜਾਂਦੀ ਕੌਣ ਜ਼ਿੰਮੇਵਾਰ ਸੀਗਾ। ਆਹ ਨੰਬਰ ਹੈ ਜੀ ਗੱਡੀ ਦਾ, ਇਹ ਇਹਨਾਂ ਨੇ ਅੱਜ ਬੜਾ ਹਾਈ ਲੈਵਲ ਦਾ ਸ਼ੋਰਟ ਸਰਕਟ ਕੀਤਾ। ਦੇਖੋ ਇਹਦਾ ਇਹਨੂੰ ਕਿਤੇ ਪੂਰੇ ਦਾ ਪੂਰਾ ਟਿੱਪਰ ਦੇ ਉੱਤੇ ਤੁਸੀਂ ਹੈਗਾ ਵੀ ਬਹੁਤ ਸਾਰਾ ਨੁਕਸਾਨ ਕੀਤਾ ਜੀ ਅੱਜ ਇਹਨਾਂ ਨੇ। ਇਹ ਟਰੱਕ ਉੱਪਰ ਜਦੋਂ ਲੱਗਿਆ ਤਾਰਾਂ ਦੇ ਨਾਲ, ਇਹਦੇ ਨਾਲ ਪੂਰੇ ਦੇ ਪੂਰੀ ਕਲੋਨੀ ਦੀਆਂ ਲਾਈਟਸ, LED, ਫਰਿੱਜ ਸਾਰੇ ਸਾਰੇ ਸ਼ੋਰਟ ਸਰਕਟ ਹੋਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਤੇ ਹੁਣ ਇਹ ਆਹ ਤੁਹਾਡੇ ਸਾਹਮਣੇ ਟਿੱਪਰ ਖੜ੍ਹਾ ਹੈਗਾ, ਅਤੇ ਇਹਦੇ ਹੁਣ ਇਹ ਮੰਨਦੇ ਨਹੀਂ ਹੈਗੇ। ਅਤੇ ਸਾਰੀ ਜਾਣਕਾਰੀ ਆਹ ਨੰਬਰ ਨੇ ਇਹਨਾਂ ਦੇ, ਮੋਬਾਈਲ ਨੰਬਰਸ ਨੇ ਸਾਰੇ ਦੇ ਸਾਰੇ। ਅਤੇ ਹੁਣ ਇਹ ਟਿੱਪਰ ਇੱਥੇ ਖੜ੍ਹਾ ਅਮਨ ਬਾਗ 'ਚ, ਅਤੇ ਸਾਰੀ ਦੀ ਸਾਰੀ ਹੁਣ ਇਹ ਜ਼ਿੰਮੇਵਾਰੀ ਇਹਦੇ ਮਾਲਕ ਦੀ, ਜਿਹਨੂੰ ਬੁਲਾਉਣ ਵਾਲੀ ਦੀ ਬਣਦੀ ਹੈ, ਅਤੇ ਉਹਦੇ 'ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ।